ਹਾਂਜੀ ਕਿਸਾਨ ਵੀਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜਾ। ਤੇਲਾ, ਤੇਲੇ ਤੋਂ ਬੜੀ ਘਬਰਾਹਟ ਮੰਨਦੇ ਕਿਸਾਨ ਵੀਰ, ਜਾਂ ਪੱਤਾ ਲਵੇੜ ਸੁੰਡੀ ਬਾਰੇ ਹੁਣ ਗੱਲ ਹੁੰਦੀ। ਦੋ ਚਾਰ ਕੁ ਕਮੈਂਟ ਆਏ ਸੀ ਤੇਲੇ ਬਾਰੇ, ਕਿਉਂਕਿ ਮੈਂ ਪਿਛਲੇ ਹਫ਼ਤੇ ਗੱਲਾਂ ਬਾਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜਾ ਤਾਪਮਾਨ ਉਹ ਅੱਪ ਜਾ ਰਿਹਾ। ਹੁਣ ਜਿਹੜਾ ਇਦੋਂ ਅਗਲੇ ਹਫ਼ਤੇ ਤਾਪਮਾਨ ਰਾਤ ਦਾ 22 ਕੁ ਦੇ ਨੇੜੇ ਤੇੜੇ ਰਹਿ ਜਾਣਾ, ਮਤਲਬ ਠੰਡਕ ਹੋ ਜਾ ਕਰੂ, ਡਾਊਨ ਚਲਾ ਜਾਣਾ ਤਾਪਮਾਨ। ਇਹ 'ਚ ਪਾਪੂਲੇਸ਼ਨ ਜਿਹੜਾ ਤੁਹਾਡਾ ਲੇਟ ਝੋਨਾ, ਲੇਟ ਬਾਸਮਤੀ, ਲੇਟ ਝੋਨਾ, ਯੂਰੀਆ ਤਾਂ ਆਪਣੀ ਸੁੱਖ ਨਾਲ ਥੋੜ੍ਹੀ ਜਿਹੀ ਵੱਧ ਪੈ ਜਾਂਦੀ ਆ, ਉੱਥੇ ਦੋਗੀਆਂ 'ਚ ਖਿਆਲ ਰੱਖਿਆ ਜੇ। ਉੱਥੇ ਆਪਾਂ ਜੇ ਟਾਈਮਲੀ ਕੰਟਰੋਲ ਕਰ ਲਈਏ ਤਾਂ ਤੁਹਾਡੇ 19 ਦੋਗੀ ਦੇ ਵਿੱਚ ਅਤੇ ਨਾਲ ਘੇਰੇ ਘੇਰੇ ਤੁਸੀਂ 5-7 ਮੀਟਰ ਜਗ੍ਹਾ ਕਵਰ ਕਰ ਲਉਂਗੇ, ਉਹ ਵੀ ਕੰਟਰੋਲ ਹੋ ਜੂਗੀ। ਜਿਹੜਾ ਝੋਨਾ ਤੁਹਾਡਾ ਪਕਾ ਦੇ ਨੇੜ ਆ, ਉੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿੱਥੇ ਤੁਹਾਡੇ ਮੁੰਜਰਾਂ ਚੌਗੀਆਂ ਦਾਣੇ ਬਣ ਰਹੇ ਆ, ਦਾਣਾ ਸਖਤ ਹੋ ਰਿਹਾ, ਉੱਥੇ ਕੋਈ ਐਡੀ ਘਬਰਾਹਟ ਵਾਲੀ ਗੱਲ ਨਹੀਂ ਹੈ। ਬਾਕੀ ਤੇਲਾ ਅਜੇ ਤੱਕ ਕੋਈ ਅਟੈਕ ਬਹੁਤਾ ਜ਼ਿਆਦਾ ਹੈ ਨਹੀਂ, ਜਦੋਂ ਜਿਵੇਂ ਜਿਵੇਂ ਟੈਂਪਰੇਚਰ ਡਾਊਨ ਜਾਊਗਾ 30 ਦੇ ਨੇੜੇ ਵੱਲ ਨੂੰ, ਜਿਵੇਂ 38 ਤੋਂ ਜਦੋਂ ਘੱਟਦਾ 35-32-30 ਦੇ ਨੇੜੇ ਆਉਂਦਾ, ਜਾਂ ਰਾਤ ਦਾ ਤਾਪਮਾਨ 22-23 ਦੇ ਨੇੜੇ ਤੇੜੇ ਰਹਿੰਦਾ, 25 ਤੋਂ ਡਾਊਨ ਆ ਜਾਂਦਾ, ਉੱਥੇ ਦੀ ਪਾਪੂਲੇਸ਼ਨ ਥੋੜ੍ਹੀ ਜਿਹੀ ਗਰੋਥ ਕਰਦੀ ਹੈ। ਵੈਸੇ ਘਬਰਾਹਟ ਵਾਲੀ ਕੋਈ ਸਮੱਸਿਆ ਵਾਲੀ ਕੋਈ ਗੱਲ ਨਹੀਂ ਹੁੰਦੀ ਗੀ, ਜਿੱਥੇ ਰਾਤ ਦਾ ਤਾਪਮਾਨ 25 ਤੋਂ ਉੱਪਰ ਹੁੰਦਾ ਅਤੇ ਦਿਨ ਦਾ 35 ਤੋਂ ਉੱਪਰ ਹੁੰਦਾ, ਜਿੱਥੇ ਡਾਊਨ ਜਾਂਦਾ ਉੱਥੇ ਜਿਹੜੀ ਹੈਗੀ ਇਹਦੀ ਪਾਪੂਲੇਸ਼ਨ ਤੁਹਾਨੂੰ ਮਿਲ ਸਕਦੀ ਦੋਗੀਆਂ ਦੇ ਵਿੱਚ। ਇੱਕਦਮ ਨਹੀਂ ਹੁੰਦਾ ਕਿ ਇਹ ਸ਼ੂਟ ਅਪ ਕਰ ਜੂਗਾ, ਕੋਈ ਆਊਟਬ੍ਰੇਕ ਹੋ ਜੂਗੀ, ਕੋਈ ਸਮੱਸਿਆ ਵਾਲੀ ਗੱਲ ਨਹੀਂ। ਕਈ ਵਾਰ ਆਪਾਂ ਦੋਗੀ ਦੇ ਵਿੱਚ ਨਾ 5-7-10 ਦਾਣੇ ਤੁਰੇ ਫਿਰਦੇ ਵੇਖ ਕੇ ਘਬਰਾਹਟ ਹੋ ਜਾਂਦੇ, ਉਨੇ ਦੋਗੀ ਦੇ ਵਿੱਚ ਤੁਸੀਂ ਕਵਰ ਕਰ ਲਓ, ਇਹਨੂੰ ਅੱਗੇ ਵਧਣ ਤੋਂ ਰੋਕ ਦਿਓ। ਦੂਸਰੀ ਗੱਲ ਕਿ ਅਸੀਂ ਜੀ ਸਪਰੇਅ ਕੀਤੀ, 3 ਦਿਨ ਹੋ ਗਏ, 4 ਦਿਨ ਹੋ ਗਏ, ਤੇਲਾ ਤੁਰਿਆ ਫਿਰਦਾ। ਸਪਰੇਅ ਜਿਵੇਂ ਆਪਾਂ ਪਾਈਮੈਟਰੋਜ਼ਿਨ ਟੈਕਨੀਕਲ ਜਾਂ ਟ੍ਰਾਈਫਲੂਮੀਜ਼ੋ ਪਾਇਰਮ ਟੈਕਨੀਕਲ, ਮਤਲਬ ਚੈਸਾ ਵਾਲਾ, ਜਾਂ ਤੁਹਾਡਾ ਪੈਕਸਾਰੋਨ ਵਾਲਾ ਟੈਕਨੀਕਲ, ਜਾਂ ਤੁਸੀਂ ਜਿਹੜਾ ਹੈਗਾ ਆਪਣਾ ਡਾਇਨੋਟੀਫਰੋਨ ਆ, ਜਿਹੜਾ ਮਸ਼ੀਨ ਵਾਲਾ, ਜਿਹੜਾ ਡਾਇਨੋਟੀਫਰੋਨ ਟੈਕਨੀਕਲ ਆ, ਇਹ ਥੋੜ੍ਹਾ ਜਿਹਾ ਦੂਸਰਿਆਂ ਨਾਲੋਂ ਜਲਦੀ ਤੁਹਾਨੂੰ ਰਿਜ਼ਲਟ ਦਿਖਾਉਂਦਾ, ਰਿਜ਼ਲਟ ਦੇਖਣ 'ਚ। ਰਿਜ਼ਲਟ ਸਾਰਿਆਂ ਦਾ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ, ਕਿਉਂਕਿ ਇਹਨਾਂ ਦਾ ਮੋਡ ਆਫ ਐਕਸ਼ਨ ਵੱਖਰਾ ਵੱਖਰਾ। ਜਿਹੜੀ ਤੁਹਾਡੀ ਪੈਕਸਾਲੋਨ ਆ ਜਾਂ ਚੈਸ ਆ, ਇਹਨਾਂ ਦਾ ਜਿਹੜਾ ਮੋਡ ਆਫ ਐਕਸ਼ਨ ਆ, ਇਹਨਾਂ ਨੇ ਉਹਦੀ ਫੀਡਿੰਗ ਸੈਸੇਸ਼ਨ ਕਰਨੀ ਹੁੰਦੀ ਆ। ਜਿਹੜਾ ਹੈਗਾ ਤੁਹਾਡਾ ਡਾਇਨੋਟੀਫਰੋਨ ਟੈਕਨੀਕਲ, ਉਹਨੇ ਨਰਵਸ ਸਿਸਟਮ 'ਤੇ ਕੰਮ ਕਰਨਾ, ਅਤੇ ਉਹਨੇ ਜਿਹੜਾ ਹੈਗਾ ਉਹਦਾ ਨਰਵਸ ਸਿਸਟਮ ਡੈਮੇਜ ਕਰ ਦੇਣਾ, ਅਤੇ ਨਾਲ ਦੀ ਨਾਲ ਉਹਦੀ ਡੈਥ ਹੋ ਜਾਣੀ ਆ। ਮਤਲਬ ਕਹਿ ਦਈਏ ਕਿ ਆਪਾਂ ਇੱਕ ਪਾਸਾ ਮਰ ਜਾਣਾ, ਉਹਦਾ ਦਰੰਗ ਹੋਣਾ, ਜਾਂ ਕੋਈ ਉਹਦਾ ਸਿਸਟਮ ਨੇ ਇੱਕਦਮ ਰਿਸੈਪਟਰਸ ਨੇ ਰਿਸਪੋਂਡ ਕਰਨ ਲੱਗ ਪੈਣਾ, ਅਤੇ ਉਹਦਾ ਸਿਸਟਮ ਫੇਲ ਹੋ ਜਾਣਾ ਨਰਵਸ ਸਿਸਟਮ, ਤਾਂ ਉਹਦੀ ਜਿਹੜੀ ਡੈਥ ਜਲਦੀ ਹੋ ਜਾਂਦੀ। ਪਰ ਜਿਹੜੀ ਤੁਹਾਡੀ ਟ੍ਰਾਈਫਲੂਮੀਜ਼ੋ ਪਾਇਰਮ ਆ, ਜਾਂ ਜਿਹੜੀ ਆਪਣੀ ਚੈਸ ਹੈ ਪਾਈਮੈਟਰੋਜ਼ਿਨ, ਇਹਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਤੁਹਾਨੂੰ ਤੇਲਾ 5-6 ਦਿਨ ਵੀ ਤੁਰਿਆ ਫਿਰਦਾ, 7 ਦਿਨ ਵੀ ਤੁਰਿਆ ਫਿਰਦਾ ਦੇ ਸਕਦਾ। ਪਰ ਆਪਾਂ ਤਾਂ ਆਪਣਾ ਨੁਕਸਾਨ ਰੁਕਣਾ ਨਾ, ਨੁਕਸਾਨ ਨਹੀਂ ਤੁਹਾਡਾ ਹੋਊਗਾ, ਪਰ ਇਹਨਾਂ ਦਾ ਮੋਡ ਆਫ ਐਕਸ਼ਨ ਵੱਖਰਾ। ਇਹਨੇ ਜਿਹੜੀ ਉਹਦੀ ਫੀਡਿੰਗ ਸੈਸੇਸ਼ਨ ਕਰਨੀ ਆ, ਉਹਨੇ ਰਸ ਨਹੀਂ ਚੂਸਣਾ ਗਾ, ਉਹਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਖਿਚਾ ਆ ਜਾਣਾ, ਉਹ ਆਪਦੀ ਸਟਿੰਗ ਆ ਜਿਹੜੀ ਉਹ ਬੂਟੇ ਦੇ ਤਣੇ ਦੇ ਵਿੱਚ ਖਬੋ ਨਹੀਂ ਸਕੂਗਾ, ਰਸ ਨਹੀਂ ਚੂਸ ਸਕੂਗਾ। ਅਤੇ ਇਵੇਂ ਜਿਹੜਾ ਹੈ ਤੁਹਾਡਾ ਟ੍ਰਾਈਫਲੂਮੀਜ਼ੋ ਪਾਇਰਮ ਆ, ਇਹਨਾਂ ਇਹਦਾ ਵੀ ਮੋਡ ਆਫ ਐਕਸ਼ਨ ਇਹੀ ਹੈ ਕਿ ਇਹਨੇ ਜਿਹੜਾ ਹੈਗਾ ਉਹਦੀ ਸੈਸੇਸ਼ਨ ਰੋਕ ਦੇਣੀ ਆ, ਕਿ ਉਹ ਤੁਹਾਡਾ ਮੋਢਾਂ ਦੇ ਵਿੱਚ ਰਸ ਨਹੀਂ ਚੂਸੂਗਾ, ਨੁਕਸਾਨ ਨਹੀਂ ਕਰੂਗਾ। ਥੋੜ੍ਹਾ ਜਿਹਾ ਨਾ ਇਹ ਚੀਜ਼ ਨੂੰ ਆਪਾਂ ਸਮਝ ਕੇ ਕਰਿਆ ਕਰੀਏ। ਕਈ ਕਿਸਾਨ ਵੀਰ ਆ ਜਿਹੜੇ ਉਹ ਓਵਰਡੋਜ਼ ਵਰਤ ਲੈਂਦੇ ਆ, ਹੁਣ ਕਈ ਕਿਸਾਨ ਵੀਰਾਂ ਨੇ ਜਿਹੜੀਆਂ ਹੈਗੀਆਂ ਪਹਿਲਾਂ ਗੋਭ ਦੇ ਸਮੇਂ ਮਿਕਸ ਕਰ ਕਰਕੇ ਥਾਇਮ ਥਕਸਮ ਬਹੁਤ ਜ਼ਿਆਦਾ ਪਾਈ ਆ, ਇਹ ਚੀਜ਼ਾਂ ਜਿਹੜੀਆਂ ਇਹ ਕੀੜੇ ਦੇ ਵਿੱਚ ਰਜਿਸਟੈਂਸ ਕ੍ਰੀਏਟ ਕਰਦੀਆਂ ਨੇ। ਫਿਰ ਕਈ ਕਿਸਾਨ ਵੀਰ ਕਹਿ ਦਿੰਦੇ ਆ ਕਿ
ਜਿਹੜਾ ਟੈਕਨੀਕਲ ਹੈ ਇਹ, ਫਰਜ਼ ਕਰ ਲਓ ਟ੍ਰਾਈਫਲੂਮਿਜ਼ੋਪਾਇਰਮ ਆ ਜਾਂ ਪਾਈਮੈਟਰੂਜ਼ਨ ਆ, ਇਹ ਆਏ ਹੋਏ ਤੇਲੇ ਨੂੰ ਮਾਰ ਦਿੰਦਾ। ਇਹ ਗੱਲ ਕਲੀਅਰ ਕੱਟ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਕਿ ਇਹ ਸਾਰੀਆਂ ਆਏ ਹੋਏ ਤੇਲੇ ਨੂੰ ਮਾਰਨ ਵਾਸਤੇ ਹੁੰਦੇ ਆ ਜਿਹੜੇ ਕੀਟਨਾਸ਼ਕ ਹੁੰਦੇ ਆ। ਆਉਣ ਤੋਂ ਪਹਿਲਾਂ ਰੋਕਣ ਵਾਸਤੇ ਕੋਈ ਕੀਟਨਾਸ਼ਕ ਨਹੀਂ ਹੁੰਦਾ, ਆਏ ਹੋਏ ਨੂੰ ਮਾਰਨ ਵਾਸਤੇ ਹੁੰਦਾ। ਉੱਲੀ ਰੋਗ ਆਪਾਂ ਆਉਣ ਤੋਂ ਪਹਿਲਾਂ ਜਾਂ ਮੌਸਮ ਅਨੁਸਾਰ ਤਾਂ ਕਰਦੇ ਕਿ ਉਹਦੀ ਜਿਹੜਾ ਵਿੰਡੋ ਪੀਰੀਅਡ ਹੁੰਦਾ ਨਾ, ਜਿਹੜਾ ਇਨਫੈਕਸ਼ਨ ਦਾ ਟਾਈਮ ਆ, ਦੋ ਹਫ਼ਤਿਆਂ ਦਾ, ਹਫ਼ਤੇ ਦਾ, ਦੋ ਹਫ਼ਤਿਆਂ ਦਾ, ਜਦੋਂ ਆਪਾਂ ਨੂੰ ਇਨਫੈਕਸ਼ਨ ਦਿਸਦੀ ਨਹੀਂ ਗੀ, ਬੂਟੇ 'ਚ ਇਨਫੈਕਸ਼ਨ ਹੋ ਗਈ ਹੁੰਦੀ, ਉਹ ਤਾਂ ਆਪਾਂ ਗੋਭ ਸਮੇਂ ਕਹਿ ਦਿੰਦੇ ਹਾਂ ਕਿ ਆਪਾਂ ਉਦੋਂ ਇੱਕ ਸਪਰੇਅ ਕਰ ਲਈਏ ਕਿ ਇਹ ਜਿਹੜਾ ਰੋਗ ਆ ਉਹ ਗੋਭ ਸਮੇਂ, ਜਿਹੜਾ ਬੂਟਾ ਵੀ ਨਾਜ਼ੁਕ ਸਟੇਜ 'ਚ ਹੁੰਦਾ ਕਿ ਉਹ ਰੋਗ ਆਇਆ ਹੋਇਆ ਤਾਂ ਵੀ ਦਿਸਣਾ ਨਹੀਂ ਆਪਾਂ ਨੂੰ, ਆਪਾਂ ਨੂੰ ਜਦੋਂ ਨਿਸ਼ਾਨੀਆਂ ਆਉਣਗੀਆਂ ਉਦੋਂ ਦਿਸਣੀਆਂ ਨੇ, ਉਦੋਂ ਨੂੰ ਉਹਦਾ ਦੋ ਹਫ਼ਤੇ ਘੱਟੋ ਘੱਟ ਇਨਫੈਕਸ਼ਨ ਨੂੰ ਹੋ ਜਾਂਦੇ ਹੁੰਦੇ। ਇਹ ਗੱਲ ਨੂੰ ਸਮਝਣਾ ਚਾਹੀਦਾ, ਕੀੜੇ ਮਕੌੜੇ ਜਦੋਂ ਆਉਂਦੇ ਆ ਉਦੋਂ ਆਪਾਂ ਜਿਹੜਾ ਹੈਗਾ ਸਪਰੇਅ ਕਰਨੀ ਹੁੰਦੀ ਸਾਰੀਆਂ ਆਏ ਹੋਏ ਨੂੰ ਮਾਰਨ ਨੂੰ ਆ। ਜੇ ਤੁਰਿਆ ਫਿਰਦਾ ਉਹਨੂੰ ਤੁਰਿਆ ਫਿਰਦਾ ਰਹਿਣ ਦੋ, ਟਾਈਮ ਲਾ ਕੇ ਉਹਨੇ ਮਰ ਜਾਣਾ, ਖਤਮ ਹੋ ਜਾਣਾ। ਜਿੱਥੇ ਤੁਸੀਂ ਬਾਈਫੈਂਥਰਿਨ, ਲੈਮਡਾ ਸਾਈਹਲਥਰਿਨ, ਡੈਲਟਾ ਮੈਥਰਿਨ, ਸਾਈਪਰਮੈਥਰਿਨ, ਕਲੋਰੋਪਰਾਸ ਸਾਈਪਰ, ਪਰਫਿਨੋਪਲਾਸ ਸਾਈਪਰ ਕੀਤੀਆਂ, ਉੱਥੇ ਤੁਹਾਡੇ ਇੱਕਦਮ ਪਾਪੂਲੇਸ਼ਨ ਵੱਧ ਵੀ ਸਕਦੀ ਆ। ਉਹਦੇ ਵਿੱਚ ਮੈਂ ਵੱਖਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉੱਥੇ ਤੁਹਾਡੀ ਪਾਪੂਲੇਸ਼ਨ ਇੱਕਦਮ ਸ਼ੂਟ ਅਪ ਵੀ ਕਰ ਸਕਦੀ, ਕਿਉਂਕਿ ਸਿੰਥੈਟਿਕ ਪੈਰਾਥਾਇਰੋਇਡ ਨੇ ਅਤੇ ਇਹ ਇੱਕ ਹਿਸਾਬ ਦਾ ਜਿਹੜਾ ਹੈਗਾ ਉਹਦੇ ਵਾਸਤੇ ਇਹਦੀ ਪਾਪੂਲੇਸ਼ਨ ਵਧਾਉਣ ਵਾਸਤੇ ਟੌਨਿਕ ਦਾ ਕੰਮ ਕਰਦੇ। ਉੱਥੇ ਆਪਦਾ ਕਿਸਾਨ ਵੀਰੋ ਭਾਈ ਖਿਆਲ ਰੱਖਿਓ, ਬਾਕੀ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ। ਜਿੱਥੇ ਝੋਨਾ ਪੱਕਣ ਦੇ ਨੇੜੇ 15-20 ਦਿਨ ਰਹਿੰਦੇ, ਕੋਈ ਸਪਰੇਅ ਦੀ ਲੋੜ ਨਹੀਂ। ਬਹੁਤ ਬਹੁਤ ਧੰਨਵਾਦ ਮੇਰੇ।